ਕੀ ਨਾਮ ਤੁਹਾਡਾ ਭਾਜੀ ਸ਼ਾਜ਼ੀ ਅੱਛਾ ਦੱਸੋ ਵੀ ਇਹ ਤੁਹਾਡੇ ਨਾਲ ਕੀ ਵਾਕਿਆ ਹੋਇਆ ਕਿਹੜਾ ਪੇਸ਼ੈਂਟ ਤੁਸੀਂ ਇੱਥੇ ਲੈ ਕੇ ਆਏ ਸੀਗੇ ਪੇਸ਼ੈਂਟ ਰਾਬਿਆ ਨਾਮ ਦਾ ਪੇਸ਼ੈਂਟ ਲੈ ਕੇ ਆਏ ਸੀ 3 ਵਜੇ ਅਸੀਂ ਆਏ ਆ ਇੱਥੇ ਪਹਿਲੇ ਲੇਡੀ ਡਾਕਟਰ ਸੀ ਉਹ ਕਹਿੰਦੇ ਕਿ ਇੱਥੇ ਹੋ ਜਾਏਗਾ ਸਭ ਬਿਲਕੁਲ ਸਹੀ ਆ ਹਰ ਚੀਜ਼ ਸਹੀ ਆ ਥੋੜੀ ਦੇਰ ਬਾਅਦ ਹੋਰ ਡਾਕਟਰ ਆ ਗਿਆ ਉਹ ਕਹਿੰਦੇ ਜੀ ਬੱਚੇ ਧੜਕਣ ਨਹੀਂ ਸਹੀ ਹੈ ਤੁਸੀਂ ਇਹਨੂੰ ਇੱਥੇ ਹੋਰ ਲੈ ਆਇਓ ਟੋਬੇ ਲੈ ਆਇਓ ਅਸੀਂ ਕਿਹਾ ਅਸੀਂ ਉੱਥੇ ਨਹੀਂ ਲਿਜਾਣਾ ਚਾਹੁੰਦੇ ਅਸੀਂ ਇੱਥੇ ਕਰਵਾਉਣੀ ਆ ਠੀਕ ਆ ਅਗਰ ਕਹਿੰਦੀ ਬੱਚਾ ਮਰ ਜਾਂਦਾ ਸਾਡੀ ਜ਼ਿੰਮੇਵਾਰੀ ਨਹੀਂ ਹੈ ਡਾਕਟਰ ਨੇ ਕਿਹਾ ਅਸੀਂ ਕਿਹਾ ਠੀਕ ਆ ਅਗਰ ਅੱਲਾ ਦਾ ਹੁਕਮ ਉੱਥੇ ਵੀ ਹੋ ਸਕਦਾ ਇੱਥੇ ਵੀ ਹੋ ਸਕਦਾ ਉਹਨੇ ਸਾਡੇ ਤੋਂ ਸਾਈਨ ਕਰਵਾ ਲਏ ਅਸੀਂ ਸਾਈਨ ਕਰ ਦਿੱਤੇ ਥੋੜੀ ਦੇਰ ਗੁਜ਼ਰੀ ਆਖ ਕਹਿੰਦੇ ਤੁਸੀਂ ਇਹਨੂੰ ਪ੍ਰਾਈਵੇਟ ਲੈ ਜਾਓ ਅਸੀਂ ਪ੍ਰਾਈਵੇਟ ਡਰਾਈਵਰ ਲੈ ਕੇ ਜਾਂਦੇ ਉੱਥੇ ਰਸਤੇ 'ਚ ਹੀ ਰੋਡ ਦੇ ਉੱਪਰ ਡਿਲੀਵਰੀ ਹੋ ਗਈ ਹੈ ਭਾਈ ਨੇ ਉਹਨਾਂ ਨੇ ਡਿਲੀਵਰੀ ਰੋਡ ਦੇ ਉੱਪਰ ਕਰਵਾਈ ਹੈ ਇਹਨਾਂ ਨੂੰ ਸੀਗਤ ਹੋਣੀ ਚਾਹੀਦੀ ਇਹਨਾਂ ਨੇ ਕਿਉਂ ਇੰਜ ਕੀਤੀ ਸਾਡੇ ਨਾਲ ਜਦੋਂ ਇਹਨਾਂ ਨੂੰ ਪਤਾ ਸੀ ਟਾਈਮ ਥੋੜ੍ਹਾ ਇਹਨਾਂ ਨੇ ਕਿਉਂ ਸਾਨੂੰ ਜਾਣ ਦਿੱਤਾ ਅਸੀਂ ਕਿਹਾ ਵੀ ਥੋੜ੍ਹੀ ਦੇਰ ਇੰਤਜ਼ਾਰ ਕਰ ਲਓ ਇਹਨਾਂ ਨੇ ਨਹੀਂ ਕੀਤਾ ਇਹਨਾਂ ਨੇ ਕਿਹਾ ਜਾਓ ਬੱਚਾ ਮਰ ਜਾਣਾ ਚੱਲ ਜਾਓ ਤੁਸੀਂ ये हम रोड से गुजर रहे थे हमने देखा कि रोड पे जो है ना 3-4 लोग जो है इकट्ठे हुए बैठे हैं जुर्मन के साथ हम आगे गए हैं बाइक से गुजरे हैं तो आगे जाके हमने जब देखा है तो हम वापस दोबारा पलटे हैं तो उस वक्त जो है ना इनके बच्चे की डिलीवरी हो चुकी थी हमने 112 पे कॉल भी की है ठीक है ना उन्होंने हमें रिस्पॉन्स दिया है लेकिन उसके फ़ौरन बाद हॉस्पिटल का हमला जो है वहाँ से आके इनको जो है ना उठा के हॉस्पिटल ले आए जबकि ये गैर आयनी और गैर यकीनी बात है अगर हॉस्पिटल वालों को पता था कि ये मामला सुलझ जाएंगे ये सरकारी हॉस्पिटल है सरकारी हॉस्पिटल में ये अलाउड ही नहीं होना चाहिए कि वो किसी भी प्राइवेट हॉस्पिटल में उनको जाने की इजाज़त दे शुक्रिया अच्छा ये बताएंगे जिस जगह पे ये डिलीवरी हुई है यहाँ THQ से कितना फासला होगा ये मिनिमम 5 मिनट का सफ़र होगा पैदल ठीक अम्मा जी की नाम थोड़ा मेरा नाम सफिया ਕਿੱਥੇ ਰਹਿੰਦੇ ਹੋ ਤੁਸੀਂ ਚੜ੍ਹ ਮੱਲਾ ਹਸ਼ਮਲ ਚੌਂਕ ਮਸੱਲੀਆਂ ਵਾਲਾ ਵੇੜਾ ਬੱਟ ਬਲੈਲਰ ਕਾਤਮ ਨਾਲ ਅੱਛਾ ਠੀਕ ਹੋ ਗਿਆ ਤੇ ਇਹ ਦੱਸੋ ਵੀ ਕੀ ਮਾਮਲਾ ਹੋਇਆ ਤੁਹਾਡੇ ਨਾਲ ਹਸਪਤਾਲ ਦੇ ਵਿੱਚ ਸਾਡੇ ਇੱਥੇ ਉਹਨਾਂ ਨੇ ਕਿਹਾ ਵੀ ਪਹਿਲਾਂ ਕਹਿੰਦੇ ਵੀ ਟੋਬੇ ਲੈ ਜਾਓ ਮੈਂ ਕਿਹਾ ਟੋਬੇ ਨਹੀਂ ਜਾ ਸਕਦੀ ਬੱਚੀ ਨੂੰ ਦਰਦਾਂ ਜ਼ਿਆਦੇ ਆ ਉਹਨੇ ਕਿਹਾ ਵੀ ਸ਼ੌਂਕ ਦਾ ਹਸਪਤਾਲ ਲੈ ਜਾਓ ਅਸੀਂ ਇਸ ਭਾਈ ਨੇ ਮੋਟਰਸਾਈਕਲ ਲਿਆਂਦਾ ਵਿਚਾਰੇ ਨੂੰ ਇੱਥੇ ਤਾਂ ਹੀ ਲਾਇਆ ਤੇ ਬੱਚੀ ਨੂੰ ਇੱਥੇ ਹੀ ਬੱਚਾ ਹੋ ਗਿਆ ਇਸੇ ਜਗ੍ਹਾ ਤੋਂ ਹੋ ਗਿਆ ਇਸੇ ਤੇ ਆਜ ਇੱਥੇ ਹੀ ਹੋ ਗਿਆ ਐਡਾ ਬਲੱਡ ਪਿਆ ਹਾਂਜੀ ਥੱਲੇ ਨਹੀਂ ਨਹੀਂ ਕੀ ਨਾਮ ਤੁਹਾਡਾ ਭਾਜੀ ਸ਼ਾਜ਼ੀ ਅੱਛਾ ਦੱਸੋ ਵੀ ਇਹ ਤੁਹਾਡੇ ਨਾਲ ਕੀ ਵਾਕਿਆ ਹੋਇਆ ਕਿਹੜਾ ਪੇਸ਼ੈਂਟ ਤੁਸੀਂ ਇੱਥੇ ਲੈ ਕੇ ਆਏ ਸੀਗੇ ਪੇਸ਼ੈਂਟ ਰਾਬਿਆ ਨਾਮ ਦਾ ਪੇਸ਼ੈਂਟ ਲੈ ਕੇ ਆਏ ਸੀ 3 ਵਜੇ ਅਸੀਂ ਆਏ ਆ ਇੱਥੇ ਪਹਿਲੇ ਲੇਡੀ ਡਾਕਟਰ ਸੀ ਉਹ ਕਹਿੰਦੇ ਕਿ ਇੱਥੇ ਹੋ ਜਾਏਗਾ ਸਭ ਬਿਲਕੁਲ ਸਹੀ ਆ ਹਰ ਚੀਜ਼ ਸਹੀ ਆ ਥੋੜੀ ਦੇਰ ਬਾਅਦ ਹੋਰ ਡਾਕਟਰ ਆ ਗਿਆ ਉਹ ਕਹਿੰਦੇ ਜੀ ਬੱਚੇ ਧੜਕਣ ਨਹੀਂ ਸਹੀ ਹੈ ਤੁਸੀਂ ਇਹਨੂੰ ਇੱਥੇ ਹੋਰ ਲੈ ਆਇਓ ਟੋਬੇ ਲੈ ਆਇਓ ਅਸੀਂ ਕਿਹਾ ਅਸੀਂ ਉੱਥੇ ਨਹੀਂ ਲਿਜਾਣਾ ਚਾਹੁੰਦੇ ਅਸੀਂ ਇੱਥੇ ਕਰਵਾਉਣੀ ਆ ਠੀਕ ਆ ਅਗਰ ਕਹਿੰਦੀ ਬੱਚਾ ਮਰ ਜਾਂਦਾ ਸਾਡੀ ਜ਼ਿੰਮੇਵਾਰੀ ਨਹੀਂ ਹੈ ਡਾਕਟਰ ਨੇ ਕਿਹਾ ਅਸੀਂ ਕਿਹਾ ਠੀਕ ਆ ਅਗਰ ਅੱਲਾ ਦਾ ਹੁਕਮ ਉੱਥੇ ਵੀ ਹੋ ਸਕਦਾ ਇੱਥੇ ਵੀ ਹੋ ਸਕਦਾ ਉਹਨੇ ਸਾਡੇ ਤੋਂ ਸਾਈਨ ਕਰਵਾ ਲਏ ਅਸੀਂ ਸਾਈਨ ਕਰ ਦਿੱਤੇ ਥੋੜੀ ਦੇਰ ਗੁਜ਼ਰੀ ਆਖ ਕਹਿੰਦੇ ਤੁਸੀਂ ਇਹਨੂੰ ਪ੍ਰਾਈਵੇਟ ਲੈ ਜਾਓ ਅਸੀਂ ਪ੍ਰਾਈਵੇਟ ਡਰਾਈਵਰ ਲੈ ਕੇ ਜਾਂਦੇ ਹਾਂ ਉੱਥੇ ਰਸਤੇ 'ਚ ਹੀ ਰੋਡ ਦੇ ਉੱਪਰ ਡਿਲੀਵਰੀ ਹੋ ਗਈ ਹੈ ਭਾਈ ਨੇ ਉਹਨਾਂ ਨੇ ਡਿਲੀਵਰੀ ਰੋਡ ਦੇ ਉੱਪਰ ਕਰਵਾਈ ਹੈ ਇਹਨਾਂ ਨੂੰ ਸੀਗਤ ਹੋਣੀ ਚਾਹੀਦੀ ਇਹਨਾਂ ਨੇ ਕਿਉਂ ਇੰਜ ਕੀਤੀ ਸਾਡੇ ਨਾਲ ਜਦੋਂ ਇਹਨਾਂ ਨੂੰ ਪਤਾ ਸੀ ਟਾਈਮ ਥੋੜ੍ਹਾ ਇਹਨਾਂ ਨੇ ਕਿਉਂ ਸਾਨੂੰ ਜਾਣ ਦਿੱਤਾ ਅਸੀਂ ਕਿਹਾ ਵੀ ਥੋੜ੍ਹੀ ਦੇਰ ਇੰਤਜ਼ਾਰ ਕਰ ਲਓ ਇਹਨਾਂ ਨੇ ਨਹੀਂ ਕੀਤਾ ਇਹਨਾਂ ਨੇ ਕਿਹਾ ਜਾਓ ਬੱਚਾ ਮਰ ਜਾਣਾ ਚੱਲ ਜਾਓ ਤੁਸੀਂ ये हम रोड से गुजर रहे थे हमने देखा कि रोड पे जो है ना 3-4 लोग जो है इकट्ठे हुए बैठे हैं जुर्मन के साथ हम आगे गए हैं बाइक से गुजरे हैं तो आगे जाके हमने जब देखा है तो हम वापस दोबारा पलटे हैं तो उस वक्त जो है ना इनके बच्चे की डिलीवरी हो चुकी थी हमने 112 पे कॉल भी की है ठीक है ना उन्होंने हमें रिस्पॉन्स दिया है लेकिन उसके फ़ौरन बाद हॉस्पिटल का हमला जो है वहाँ से आके इनको जो है ना उठा के हॉस्पिटल ले आए जबकि ये गैर आयनी और गैर यकीनी बात है अगर हॉस्पिटल वालों को पता था कि ये मामला सुलझ जाएंगे ये सरकारी हॉस्पिटल है सरकारी हॉस्पिटल में ये अलाउड ही नहीं होना चाहिए कि वो किसी भी प्राइवेट हॉस्पिटल में उनको जाने की इजाज़त दे शुक्रिया अच्छा ये बताएंगे जिस जगह पे ये डिलीवरी हुई है यहाँ THQ से कितना फासला होगा ये मिनिमम 5 मिनट का सफ़र होगा पैदल ठीक समझ की नाम थोड़ा मेरा नाम सफिया ਕਿੱਥੇ ਰਹਿੰਦੇ ਹੋ ਤੁਸੀਂ ਚੜ੍ਹ ਮੱਲਾ ਹਸ਼ਮਲ ਚੌਂਕ ਮਸੱਲੀਆਂ ਵਾਲਾ ਵੇੜਾ ਬੱਟ ਬਲੈਲਰ ਕਾਤਮ ਨਾਲ ਅੱਛਾ ਠੀਕ ਹੋ ਗਿਆ ਤੇ ਇਹ ਦੱਸੋ ਵੀ ਕੀ ਮਾਮਲਾ ਹੋਇਆ ਤੁਹਾਡੇ ਨਾਲ ਹਸਪਤਾਲ ਦੇ ਵਿੱਚ ਸਾਡੇ ਇੱਥੇ ਉਹਨਾਂ ਨੇ ਕਿਹਾ ਵੀ ਪਹਿਲਾਂ ਕਹਿੰਦੇ ਵੀ ਟੋਬੇ ਲੈ ਜਾਓ ਮੈਂ ਕਿਹਾ ਟੋਬੇ ਨਹੀਂ ਜਾ ਸਕਦੀ ਬੱਚੀ ਨੂੰ ਦਰਦਾਂ ਜ਼ਿਆਦੇ ਆ ਉਹਨੇ ਕਿਹਾ ਵੀ ਸ਼ੌਂਕ ਦਾ ਹਸਪਤਾਲ ਲੈ ਜਾਓ ਅਸੀਂ ਇਸ ਭਾਈ ਨੇ ਮੋਟਰਸਾਈਕਲ ਲਿਆਂਦਾ ਵਿਚਾਰੇ ਨੂੰ ਉਹ ਇੱਥੇ ਤਾਂ ਹੀ ਲਾਇਆ ਤੇ ਬੱਚੀ ਨੂੰ ਇੱਥੇ ਹੀ ਬੱਚਾ ਹੋ ਗਿਆ ਇਸੇ ਜਗ੍ਹਾ ਤੋਂ ਹੋ ਗਿਆ ਇਸੇ ਤੇ ਆਜ ਇੱਥੇ ਹੀ ਹੋ ਗਿਆ ਐਡਾ ਬਲੱਡ ਪਿਆ ਹਾਂਜੀ ਥੱਲੇ ਕੀ ਨਾਮ ਤੁਹਾਡਾ ਭਾਜੀ ਸ਼ਾਜ਼ੀ ਅੱਛਾ ਦੱਸੋ ਵੀ ਇਹ ਤੁਹਾਡੇ ਨਾਲ ਕੀ ਵਾਕਿਆ ਹੋਇਆ ਕਿਹੜਾ ਪੇਸ਼ੈਂਟ ਤੁਸੀਂ ਇੱਥੇ ਲੈ ਕੇ ਆਏ ਸੀਗੇ ਪੇਸ਼ੈਂਟ ਰਾਬਿਆ ਨਾਮ ਦਾ ਪੇਸ਼ੈਂਟ ਲੈ ਕੇ ਆਏ ਸੀ 3 ਵਜੇ ਅਸੀਂ ਆਏ ਆ ਇੱਥੇ ਪਹਿਲੇ ਲੇਡੀ ਡਾਕਟਰ ਸੀ ਉਹ ਕਹਿੰਦੇ ਕਿ ਇੱਥੇ ਹੋ ਜਾਏਗਾ ਸਭ ਬਿਲਕੁਲ ਸਹੀ ਆ ਹਰ ਚੀਜ਼ ਸਹੀ ਆ ਥੋੜੀ ਦੇਰ ਬਾਅਦ ਹੋਰ ਡਾਕਟਰ ਆ ਗਿਆ ਉਹ ਕਹਿੰਦੇ ਜੀ ਬੱਚੇ ਧੜਕਣ ਨਹੀਂ ਸਹੀ ਹੈ ਤੁਸੀਂ ਇਹਨੂੰ ਇੱਥੇ ਹੋਰ ਲੈ ਆਇਓ ਟੋਬੇ ਲੈ ਆਇਓ
ਅਸੀਂ ਕਿਹਾ ਅਸੀਂ ਉੱਥੇ ਨਹੀਂ ਲਿਜਾਣਾ ਚਾਹੁੰਦੇ, ਅਸੀਂ ਇੱਥੇ ਕਰਵਾਉਣੀ ਹੈ। ਠੀਕ ਹੈ, ਅਗਰ ਕਹਿੰਦੀ ਬੱਚਾ ਮਰ ਜਾਂਦਾ ਸਾਡੀ ਜ਼ਿੰਮੇਦਾਰੀ ਨਹੀਂ ਹੈ, ਡਾਕਟਰ ਨੇ ਕਿਹਾ। ਅਸੀਂ ਕਿਹਾ ਠੀਕ ਹੈ, ਅਗਰ ਅੱਲਾ ਦਾ ਹੁਕਮ ਉੱਥੇ ਵੀ ਹੋ ਸਕਦਾ ਇੱਥੇ ਵੀ ਹੋ ਸਕਦਾ। ਉਹਨੇ ਸਾਡੇ ਤੋਂ ਸਾਈਨ ਕਰਵਾ ਲਏ, ਅਸੀਂ ਸਾਈਨ ਕਰ ਦਿੱਤੇ। ਥੋੜ੍ਹੀ ਦੇਰ ਗੁਜ਼ਰੀ, ਅਖੇ ਕਹਿੰਦੇ ਤੁਸੀਂ ਇਹਨੂੰ ਪ੍ਰਾਈਵੇਟ ਲੈ ਜਾਓ। ਅਸੀਂ ਪ੍ਰਾਈਵੇਟ ਡਰਾਈਵਰ ਲੈ ਕੇ ਜਾਂਦੇ, ਉੱਥੇ ਰਸਤੇ 'ਚ ਹੀ ਰੋਡ ਦੇ ਉੱਪਰ ਡਿਲੀਵਰੀ ਹੋ ਗਈ ਹੈ। ਭਾਈ ਨੇ ਉਹਨਾਂ ਨੇ ਡਿਲੀਵਰੀ ਰੋਡ ਦੇ ਉੱਪਰ ਕਰਵਾਈ ਹੈ। ਇਹਨਾਂ ਨੂੰ ਨਸੀਹਤ ਹੋਣੀ ਚਾਹੀਦੀ, ਇਹਨਾਂ ਨੇ ਕਿਉਂ ਇੰਝ ਕੀਤੀ ਸਾਡੇ ਨਾਲ, ਜਦੋਂ ਇਹਨਾਂ ਨੂੰ ਪਤਾ ਸੀ ਟਾਈਮ ਥੋੜ੍ਹਾ, ਇਹਨਾਂ ਨੇ ਕਿਉਂ ਸਾਨੂੰ ਜਾਣ ਦਿੱਤਾ। ਅਸੀਂ ਕਿਹਾ ਵੀ ਥੋੜ੍ਹੀ ਦੇਰ ਇੰਤਜ਼ਾਰ ਕਰ ਲਓ, ਇਹਨਾਂ ਨੇ ਨਹੀਂ ਕੀਤਾ। ਇਹਨਾਂ ਨੇ ਕਿਹਾ ਜਾਓ ਬੱਚਾ ਮਰ ਜਾਣਾ, ਚੱਲ ਜਾਓ ਤੁਸੀਂ। ਜੀ ਹਮ ਰੋਡ ਸੇ ਗੁਜ਼ਰ ਰਹੇ ਥੇ, ਹਮੇ ਹਮਨੇ ਦੇਖਾ ਕਿ ਰੋਡ ਪੇ ਜੋ ਹੈ ਨਾ, ਤਿੰਨ ਚਾਰ ਲੋਕ ਜੋ ਹੈ ਇਕੱਠੇ ਹੋਏ ਬੈਠੇ ਹੈ ਜੁਰਮਣ ਕੇ ਸਾਥ। ਹਮ ਆਗੇ ਗਏ ਬਾਈਕ ਸੇ ਗੁਜ਼ਰੇ ਹੈ, ਤੋ ਆਗੇ ਜਾ ਕੇ ਹਮਨੇ ਜਬ ਦੇਖਾ ਹੈ ਤੋ ਹਮ ਵਾਪਸ ਦੁਬਾਰਾ ਪਲਟੇ ਹੈ, ਤੋ ਉਸ ਵਕਤ ਜੋ ਹੈ ਨਾ ਇਨਕੇ ਬੱਚੇ ਕੀ ਡਿਲੀਵਰੀ ਹੋ ਚੁੱਕੀ ਥੀ। ਹਮਨੇ 112 ਪੇ ਕਾਲ ਵੀ ਕੀ ਹੈ, ਠੀਕ ਹੈ ਨਾ, ਉਹਨੇ ਹਮੇ ਰਿਸਪੋਂਸ ਦੀਆ ਹੈ, ਲੇਕਿਨ ਉਸਕੇ ਫੌਰਨ ਬਾਅਦ ਹੋਸਪਿਟਲ ਕਾ ਹਮਲਾ ਜੋ ਹੈ ਵਹਾਂ ਸੇ ਆ ਕੇ ਇਨਕੋ ਜੋ ਹੈ ਨਾ ਉਠਾ ਕੇ ਹੋਸਪਿਟਲ ਲੈ ਆਇਆ, ਜਬਕਿ ਯੇ ਗੈਰ ਆਏ ਨਹੀਂ ਔਰ ਗੈਰ ਯਕੀਨੀ ਬਾਤ ਹੈ। ਅਗਰ ਹੋਸਪਿਟਲ ਵਾਲੋ ਕੋ ਪਤਾ ਥਾ ਕਿ ਯੇ ਮਾਮਲਾ ਸੁਲਝ ਜਾਏਗੇ, ਯੇ ਸਰਕਾਰੀ ਹੋਸਪਿਟਲ ਹੈ, ਸਰਕਾਰੀ ਹੋਸਪਿਟਲ ਮੇਂ ਯੇ ਅਲਾਊਡ ਹੀ ਨਹੀਂ ਹੋਣਾ ਚਾਹੀਏ ਕਿ ਉਹ ਕਿਸੀ ਵੀ ਪ੍ਰਾਈਵੇਟ ਹੋਸਪਿਟਲ ਮੇਂ ਉਨਕੋ ਜਾਣੇ ਕੀ ਇਜਾਜ਼ਤ ਦੇ। ਸ਼ੁਕਰੀਆ। ਅੱਛਾ, ਯੇ ਬਤਾਏਂਗੇ ਜਿਸ ਜਗ੍ਹਾ ਪਰ ਯੇ ਡਿਲੀਵਰੀ ਹੋਈ ਹੈ, ਯਹਾਂ ਟੀ ਐਚ ਕਿਉਂਕਿ ਉਸਸੇ ਕਿਤਨਾ ਫਾਸਲਾ ਹੋਗਾ ਯੇ? ਮਿਨੀਮਮ ਨੇ ਮਿਨੀਮਮ ਪਾਂਚ ਮਿੰਟ ਕਾ ਸਫ਼ਰ ਹੋਗਾ ਪੈਦਲ। ਠੀਕ।